आठ रफला गाना और इस तरीके के और भी कई सारे गाने हैं जो किसी कम्युनिटी को लेके, जो किसी व्यक्ति को लेके या किसी चीज को लेके ऐसे डिपिक्ट करते हैं जो सोसाइटी को बहुत ही एक गलत मतलब देता है इस पर्टिकुलर गाने में एडवोकेट्स को लेकर वकीलों को लेकर एक बहुत ही डिफेमेटरी बहुत ही गलत तरीके से शब्द यूज़ किए गए और भी ऐसे कई गाने हैं जो ड्रग्स न्यूडिटी वलगैरिटी और इन सब चीज़ों को प्रमोट करते हैं मैं आपको बता दूं कि ऐसी चीज़ों को प्रमोट करना और ऐसी चीज़ों के बारे में बार बार दिखाना इनको प्रेजेंट करना डिपिक्ट करना ये एक ऑफेंस है मेरे मेंटर मेरे टीचर एडवोकेट सुनील मल्लन जिनके साथ में काम कर रही हूँ जिनके साथ में इंटर्नशिप कर रही हूँ उन्होंने इस गाने के जो आ, मेंबर्स हैं जिसने गाना लिखा पोस्टर से लेकर जिसने गाना जो जो इस आ, आ, आर्टिस्ट इस गाने में है हर एक को लीगल नोटिस भेजा मनकीरत ओलक गुरतेज अख्तर श्री ब्राड अविश्रा महेश संधु और भी बाकी जो लोग हैं और अननेम्ड क्रू मेंबर्स को लीगल नोटिस भेजा गया है कुछ दिनों पहले एंड एन आम एंड आई एम रियली प्राउड तो इसीलिए मैंने सोचा कि मैं इस चीज़ पे वीडियो बनाऊं क्योंकि ये बहुत ही एक इम्पॉर्टेंट टॉपिक है जिसे वी ऑलवेज टेंड टू निग्लेक्ट कि जो भी जो लिरिक्स जिस तरीके के इसमें एडवोकेट्स को लेकर यूज़ किए गए हैं वो बहुत डिफेमेटरी हैं और जो हमारी लीगल फ्रटर्निटी की जो पोजिशन है जो रॉयलिटी है जो और है उसको ये ख़राब करता है उसके लिए ये बहुत ही गलत वर्ड्स uh, यूज़ करे गए हैं गलत स्टेटमेंट यूज़ करी गई है तो मुझे ऐसा लगता है कि लीगल नोटिस भेजना वॉज़ अ वेरी बहुत ही अच्छी बात क्योंकि ये सोसाइटी को बहुत ही गलत मैसेज देते हैं जो यंगस्टर्स हैं जो हमारी कंट्री का जो यूथ है उन सब लोगों को एक अच्छा मैसेज जाना बहुत ही ज़रूरी है और इन गानों के थ्रू अगर आप ऐसी चीज़ों को प्रमोट कर रहे हैं तो वो सोसाइटी के लिए बहुत ही एक गलत इम्पैक्ट क्रिएट करती है ਕਰਕੇ ਉਹਨਾਂ ਸਾਰਿਆਂ ਨੂੰ ਅਸੀਂ ਲੀਗਲ ਨੋਟਿਸ ਪਹਿਲਾਂ ਸਰਵ ਕੀਤਾ ਜੀ ਲੀਗਲ ਨੋਟਿਸ ਸਰਵ ਕਰਨ ਤੋਂ ਬਾਅਦ ਜੇ 2 ਜਾਂ 3 ਦਿਨ ਚਾਹਤੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਡੈਫੀਨੇਟਲੀ ਅਸੀਂ ਇਹਦੇ ਤੇ ਐਫ ਆਈ ਆਰ ਵੀ ਦਰਜ ਕਰਾਵਾਂਗੇ ਔਰ ਜਿਹੜੀ ਵੀ ਐਪਰੋਪਰੀਏਟ ਕੋਰਟ ਜਾਂ ਅਥਾਰਟੀ ਬਣਦੀ ਹੈ ਉਹਦੇ ਵਿੱਚ ਅਸੀਂ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਹੈ ਕ੍ਰਿਮੀਨਲ ਵੀ ਸਿਵਲ ਵੀ ਜੀ ਅਸੀਂ ਇਹਦੇ ਵਿੱਚੋਂ ਪਾਵਾਂਗੇ ਜੀ ਇਹਨਾਂ ਨੇ ਸਭ ਤੋਂ ਵੱਡੀ ਗੱਲ ਮੈਂ ਦੱਸਾਂ ਕਿ ਇੱਕ ਕਮਿਊਨਿਟੀ ਬਾਰੇ ਇਹਨੇ ਗੰਦੇ ਸ਼ਬਦ ਇਸਤੇਮਾਲ ਕਰਕੇ ਉਹ ਕਮਿਊਨਿਟੀ ਜਿਹੜੀ ਦੁਨੀਆ ਨੂੰ ਕੰਮ ਸਿਖਾਉਂਦੀ ਹੈ ਜਿਹੜੀ ਦੁਨੀਆ ਨੂੰ ਕਾਨੂੰਨ ਸਿਖਾਉਂਦੀ ਹੈ ਜਿਹੜੀ ਦੁਨੀਆ ਲਈ ਕਾਨੂੰਨ ਬਣਾਉਂਦੀ ਹੈ ਫਰਸਟ ਮੈਨ ਆਫ ਦਾ ਕੰਟਰੀ ਕਿਹਾ ਜਾਂਦਾ ਆਫਟਰ ਪ੍ਰੈਜ਼ੀਡੈਂਟ ਆਫ ਇੰਡੀਆ ਔਰ ਇੱਕ ਐਡਵੋਕੇਟ ਮੈਂ ਸਾਰੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਨਾ ਹੀ ਇਜ਼ ਅ ਸਟੈਚੂਏਟ ਬੋਰਡ ਮੈਂਬਰ ਕਿ ਸੰਵਿਧਾਨ ਦਾ ਮੈਂਬਰ ਹੈ ਉਹ ਨਾ ਕਿ ਸੋਸਾਇਟੀ ਚ ਪਬਲਿਕ ਸਰਵੈਂਟ ਹੈ ਡਿਪਟੀ ਕਮਿਸ਼ਨਰ ਵੀ ਪਬਲਿਕ ਸਰਵੈਂਟ ਦੀ ਕੈਟਾਗਰੀ ਚ ਆਉਂਦਾ ਹੈ ਉਹ ਸਮਾਜ ਦਾ ਨੌਕਰ ਹੈ ਅਸੀਂ ਸਮਾਜ ਦੇ ਮਾਲਕ ਆ ਬੀਇੰਗ ਐਡਵੋਕੇਟ ਔਰ ਸਾਡਾ ਅਹੁਦਾ ਆਫੀਸਰ ਆਫ ਕੋਰਟ ਸਾਡੇ ਐਡਵੋਕੇਟ ਐਕਸ ਸਾਨੂੰ ਆਫੀਸਰ ਆਫ ਕੋਰਟ ਕਿਹਾ ਗਿਆ ਅਸੀਂ ਕੋਰਟ ਨੂੰ ਸਿਸਟ ਕਰਦੇ ਹਾਂ ਦੋਨਾਂ ਪਾਰਟੀਆਂ ਦਾ ਪੱਖ ਰੱਖਦੇ ਹਾਂ ਵੀ ਹਾਂ ਕਿਹੜਾ ਬੰਦਾ ਸੱਚਾ ਕਿਹੜਾ ਝੂਠਾ ਹੈ ਤੇ ਇਹੋ ਜਿਹਾ ਬੱਦਰ ਸ਼ਬਦ ਉਸ ਕਮਿਊਨਿਟੀ ਲਈ ਜਿਹੜੇ ਤੁਹਾਨੂੰ ਮੌਤ ਦੇ ਮੂੰਹ ਚੋਂ ਬਾਹਰ ਕੱਢਦੇ ਨੇ ਜਾਂ ਤੁਹਾਨੂੰ ਮੌਤ ਦੇ ਮੂੰਹ ਤੱਕ ਲੈ ਕੇ ਜਾਂਦੇ ਨੇ ਜੇ ਇਹ ਲੋਕ ਪ੍ਰੋਪਰ ਮਾਫੀ ਮੰਗ ਲੈਂਦੇ ਨੇ ਜੀ ਜੇ ਇਹ ਲੋਕ ਪ੍ਰੋਪਰ ਅਪੋਲੋਜੀ ਰਿਟਰਨ ਅਪੋਲੋਜੀ ਔਨ ਮੀਡੀਆ ਅਪੋਲੋਜੀ ਪਲੱਸ ਮੈਂ ਇਹਦੇ ਚ ਕਲੇਮ ਕੀ ਕੀਤਾ ਜੀ ਕਿ ਜਿੰਨਾ ਤੁਸੀਂ ਪੈਸਾ ਰੈਵਨਿਊ ਇਕੱਠਾ ਕੀਤਾ ਐਡਵੋਕੇਟ ਵੈਲਫੇਅਰ ਫੰਡ ਚ ਪਾਓ ਇਹੋ ਹੀ ਤੁਹਾਡੀ ਪਨਿਸ਼ਮੈਂਟ ਹੈ ਜੀ ਪਲੱਸ ਔਨ 에ਅਰ ਆਓ ਆਪਣੇ ਰਿਟਨ ਮਾਫੀ ਨਾਮੇ ਵੀ ਸਾਨੂੰ ਦਿਓ ਤੇ ਮਾਫੀ ਵੀ ਮੰਗੋ ਜੀ ਇਸ ਤੋਂ ਇਲਾਵਾ ਹੁਣ ਇਹਦਾ ਡਿਸੀਜਨ ਮੇਰੇ ਇਕੱਲੇ ਦੇ ਵਾਸਤੇ ਨਹੀਂ ਰਹਿ ਗਿਆ ਮੈਂ ਤਾਂ ਇਸੇ ਜੋਸ਼ ਨਾਲ ਕੇਸ ਲੜਾਂਗਾ ਜਦ ਤੱਕ ਮੇਰੀ ਕਮਿਊਨਿਟੀ ਮੈਨੂੰ ਇਸੇ ਹੀ ਡਾਇਰੈਕਸ਼ਨ ਦਿੰਦੀ ਰਹੇਗੀ ਕਿ ਸੁਨੀਲ ਜੀ ਯੈਸ ਯੂ ਆਰ ਰਾਈਟ ਡੂ ਇਟ ਜੀ ਆਈ ਵਿਲ ਬੀ ਕੀਪ ਡੂਇੰਗ ਇਟ ਨਾਟ ਓਨਲੀ ਮੀ ਮੈਨੀ ਆਫ ਆਵਰ ਐਡਵੋਕੇਟਸ ਵਿਲ ਬੀ ਵਿਦ ਮੀ ਇਨ ਕਿਉਂਕਿ ਤੁਸੀਂ ਇੱਕ ਧਰਮ ਨੂੰ ਇਹ ਵੀ ਸਾਡਾ ਇੱਕ ਧਰਮ ਹੈ ਅਸੀਂ ਸਵੇਰੇ ਜਦੋਂ ਬੈਂਡ ਗਲੇ 'ਚ ਪਾਉਂਦੇ ਆ ਉਸ ਤੋਂ ਬਾਅਦ ਮਹਾਰਾਜ ਜਗੇ ਮੱਥਾ ਟੇਕਦੇ ਆ ਕੋਰਟ 'ਚ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਹੱਥ ਜੋੜਦੇ ਆ ਮੱਥਾ ਟੇਕਦੇ ਆ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਗਲਤ ਕੰਮ ਨਾ ਕਰਾਈ ਸਾਡੇ ਲਈ ਸਾਡਾ ਮੰਦਰ ਗੁਰਦੁਆਰਾ ਮਸਜਿਦ ਸਾਡੀ ਅਦਾਲਤ ਹੈ ਅਸੀਂ ਪੌੜੀਆਂ ਚੜ੍ਹਨ ਤੋਂ ਪਹਿਲਾਂ ਉਹਨੂੰ ਚੁੰਮਦੇ ਆ ਉਹਦੇ ਮੱਥੇ ਨੂੰ ਉਹਦੀ ਪੌੜੀਆਂ ਤੇ ਮੱਥਾ ਟੇਕ ਕੇ ਜਾਂਦੇ ਆ ਕਿ ਸਾਡੇ ਕੋਲ ਕੋਈ ਨਜਾਇਜ਼ ਕੰਮ ਨਾ ਹੋਵੇ ਸਾਡੇ ਕੋਲੋਂ ਕੋਈ ਮਾੜਾ ਬੰਦਾ ਸਾਡੀ ਵੇਖੋ ਸਾਡੀ ਤਾਕਤ ਸਾਡੇ ਮੂੰਹ ਚੋਂ ਨਿਕਲੇ ਸ਼ਬਦ ਮੈਂ ਤੇ ਇੱਕ ਨਾ ਡਾਇਲੌਗ ਵਰਤਦਾ ਜੀ ਕਿ ਸਾਡੇ ਕੋਲ ਗੱਲਾਂ ਕਰਨ ਦਾ ਲਾਇਸੈਂਸ ਹੈ ਤੁਹਾਡੇ ਕੋਲ ਨਹੀਂ ਹੈਗਾ ਔਰ ਉਹ ਗੱਲਾਂ ਕਰਨ ਦਾ ਜਿਹੜਾ ਲਾਇਸੈਂਸ ਹੈ ਜੀ ਉਹ ਬੰਦੇ ਨੂੰ ਜ਼ਿੰਦਗੀ ਵੀ ਦਿੰਦਾ ਤੇ ਬੰਦੇ ਨੂੰ ਮੌਤ ਵੀ ਦਿੰਦਾ ਹੈ ਜੀ ਅੱਜ ਮੈਂ ਤੁਹਾਨੂੰ ਸਾਰੇ ਦਰਸ਼ਕਾਂ ਨੇ ਇੱਕ ਗੱਲ ਦੱਸ ਦਿੰਦਾ ਪ੍ਰਮਾਤਮਾ ਨੇ ਜਦੋਂ ਇਸ ਸ੍ਰਿਸ਼ਟੀ ਨੂੰ ਕਾਲ ਯੁੱਗ 'ਚ ਛੱਡਣਾ ਸੀ ਤੇ ਉਹਨੇ ਚਾਰ ਆਪਣੇ ਡੁਪਲੀਕੇਟਰ ਪੈਦਾ ਕੀਤੇ ਆ ਜੀ ਸਭ ਤੋਂ ਪਹਿਲਾਂ ਮਾਂ ਜੇ ਉਹਦਾ ਵਾਸ ਨਾ ਚੱਲੇ ਬੱਚਾ ਧਰਤੀ ਤੇ ਨਹੀਂ ਆ ਸਕਦਾ ਜੀਂਦਾ ਜੀ ਬਾਹਰ ਤੇ ਆਏਗਾ ਹੀ ਆਏਗਾ ਨੇਚਰ ਦੂਜਾ ਟੀਚਰ ਉਹ ਚਾਵੇ ਆਪਣੇ ਸਟੂਡੈਂਟ ਦਾ ਦਿਮਾਗ ਖਰਾਬ ਕਰਕੇ ਉਹਨੂੰ ਉਗਰਵਾਦੀ ਉਹਨੂੰ ਕੁਝ ਵੀ ਡਕਾਇਤ ਕੁਝ ਵੀ ਬਣਾ ਸਕਦਾ ਹੈ ਡਾਕਟਰ ਬਣਾ ਸਕਦਾ ਹੈ ਉਹ ਟੀਚਰ ਦੇ ਉੱਤੇ ਆ ਜੀ ਦਿਮਾਗ ਤੇ ਰਾਜ ਕਰਨ ਵਾਲਿਆਂ ਦੀ ਗੱਲ ਦੱਸ ਰਿਹਾ ਮੈਂ ਤੀਸਰਾ ਡਾਕਟਰ ਤੁਹਾਨੂੰ ਮਾਰ ਸਕਦਾ ਤੇ ਚੌਥਾ ਵਕੀਲ ਜਿਹੜਾ ਤੁਹਾਡੀ ਜ਼ਿੰਦਗੀ ਬਚਾ ਵੀ ਸਕਦਾ ਤੇ ਤੁਹਾਨੂੰ ਫਾਂਸੀ ਦੇ ਤਖਤੇ ਤੇ ਵੀ ਲਾ ਜਾ ਸਕਦਾ ਜੀ ਇੰਨੀ ਪਾਵਰ ਇਹ ਪ੍ਰਮਾਤਮਾ ਨੇ ਦਿੱਤੀ ਪਾਵਰ ਹੈ ਤੇ ਰੱਬ ਕੋ ਡਰ ਕੇ ਕਹਿੰਨੇ ਆ ਕਦੀ ਉਹਨੂੰ ਮਿਸਯੂਜ਼ ਨਹੀਂ ਕੀਤਾ ਜੀ ਔਰ ਇੱਕ ਗੱਲ ਹੋਰ ਦੱਸ ਦਿੰਨਾ ਜਿੱਥੇ ਅਸੀਂ ਗਰਜਦੇ ਹਾਂ ਉੱਥੇ ਵੱਡੇ-ਵੱਡੇ ਦੇ ਪਿੰਟਾ ਗਿੱਲੀਆਂ ਹੁੰਦੀਆਂ ਤੇ ਉਹਨਾਂ ਦੀ ਬੋਲਤੀ ਬੰਦ ਹੁੰਦੀ ਹੈ ਯਾਦ ਰੱਖਣਾ ਇਹ ਗੱਲ ਔਰ ਉਹਨੂੰ ਕੋਰਟ ਰੂਮ ਕਹਿੰਦੇ ਆ ਉੱਥੇ ਸਾਨੂੰ ਬੋਲਣ ਦਾ ਅਧਿਕਾਰ ਹੈ ਡੀਜੀਪੀ ਵੀ ਆ ਕੇ ਸਾਡੀ ਕੋਰਟ ਖਿੱਚ ਕੇ ਕਹਿੰਦਾ ਵਕੀਲ ਸਾਹਿਬ ਪਲੀਜ਼ ਮੇਰੇ ਵੱਲੋਂ ਇਹ ਗੱਲ ਦੱਸ ਦਿਓ ਜੀ ਅਧਿਕਾਰ ਬੋਲਣ ਦਾ ਇਸ ਤੋਂ ਵੱਡਾ ਨਿਆ ਦਾ ਕਮਰਾ ਜਿੱਥੇ ਸੀ ਆਪਣੇ ਬੈਠੇ ਜੱਜ ਸਾਹਿਬ ਨੂੰ ਮਾਈ ਲਾਰਡ ਕਹਿੰਦੇ ਆ ਜੀ ਮੇਰੇ ਪਰਮਾਤਮਾ ਤੇ ਜੇ ਪ੍ਰਮਾਤਮਾ ਦੇ ਘਰ ਚ ਇਹੋ ਜਿਹਾ ਘਰ ਜਿੱਥੇ ਸਿਰਫ ਇੱਕ ਕਾਲੇ ਕੋਟ ਵਾਲੇ ਨੂੰ ਬੋਲਣ ਦਾ ਅਧਿਕਾਰ ਹੈ 노 ਡਾਊਟ ਐਵੀਡੈਂਸ ਦੇ ਟਾਈਮ ਤੇ ਤੁਹਾਨੂੰ ਵੀ ਸੁਣਿਆ ਜਾਏਗਾ ਦੂਜੀ ਪਾਰਟੀ ਨੂੰ ਵੀ ਮੌਕਾ ਦਿੱਤੇਗਾ ਪਰ ਉਹ ਕਟਹਿਰੇ ਚ ਖਲੋ ਕੇ ਜੀ ਓਪਨ ਓਪਨ ਸਪੇਸ ਚ ਸਿਰਫ ਤੇ ਸਿਰਫ ਵਕੀਲ ਗਰਜਦੇ ਨੇ ਬਿਲਕੁਲ ਇਸੇ ਤਰ੍ਹਾਂ ਕਿਸੇ ਵੀ ਕਿਸੇ ਧਰਮ ਵਿਸ਼ੇਸ਼ ਵਿਅਕਤੀ ਵਿਸ਼ੇਸ਼ ਜਾਂ ਇੱਕ ਕਮਿਊਨਿਟੀ ਵਿਸ਼ੇਸ਼ ਜਦੋਂ ਅਸੀਂ ਕੋਈ ਗੱਲ ਕਰਦੇ ਆਂ ਤੇ ਉੱਥੋਂ ਕ੍ਰਾਈਮ ਸ਼ੁਰੂ ਹੋ ਜਾਂਦਾ ਸੋ ਪਹਿਲਾਂ ਇਹਨਾਂ ਨੇ ਗੰਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਫਿਰ ਇਹਨਾਂ ਨੇ ਉਸ ਉਸ ਚੀਜ਼ ਨੂੰ ਪ੍ਰਵੋਕ ਕੀਤਾ ਤੇ ਜਿਹੜਾ ਬੰਦਾ ਸੰਵਿਧਾਨ ਦੇ ਚੁਣੇ ਬੰਦਿਆਂ ਨੂੰ ਇੰਨੇ ਘਟੀਆ ਸ਼ਬਦਾਂ ਦਾ ਇਸਤੇਮਾਲ ਕਰਦਾ ਹੈ ਕਿ ਆ ਉਹ ਦੇਸ਼ ਦਰੋਹ ਦਾ ਭਾਗੀਦਾਰ ਨਹੀਂ ਉਹਦੇ ਤੇ ਦੇਸ਼ ਦਰੋਹ ਦਾ ਮਕਦਮਾ ਵੀ ਹੋਏਗਾ ਇਟ ਮੀਨਸ ਫੋਰਨ ਦੇ ਲੋਕ ਸੋਚਣਗੇ ਵੀ ਇੰਡੀਆ ਦੇ ਵਕੀਲ ਤੇ ਉਹ ਨਾਲੀ ਦੇ ਫੋਖੇ ਹੀ ਹੋ ਗਏ ਵੀ ਵਰਤਿਆ ਤੇ ਸੁੱਟ ਤੇ ਇਨੀ ਡਿਗਨਿਟੀ ਕਿਸੇ ਵਕੀਲ ਦੀ ਖਤਮ ਨਹੀਂ ਹੋਈ ਅੱਜ ਦੀ ਤਰੀਕ ਚ ਜੀ ਤੁਸੀਂ ਵਕੀਲ ਕੋਲ ਜਾਂਦੇ ਹੋ ਆਪਣਾ ਕੰਮ ਕਰਾਣ ਤੁਸੀਂ ਕਚੈਰੀ 'ਚ ੱੱੱਕੇ ਖਾਣ ਆਂਦੇ ਹੋ ਕਚੈਰੀ ਦੀ ਸ਼ਾਨ ਵਕੀਲ ਤੇ ਜੱਜ ਤੇ ਸਾਡਾ ਜੁਡੀਸ਼ੀਅਲ ਸਟਾਫ ਹੈ ਇਹ ਯਾਦ ਰੱਖਣਾ ਮੇਰੀ ਗੱਲ ਜੀ ਔਰ ਇਹ ਕੋਈ ਵੱਡੇ ਤੋਂ ਵੱਡਾ ਅਫਸਰ ਵਰਡ ਦਾ ਵੱਡੇ ਤੋਂ ਵੱਡਾ ਅਫਸਰ ਜਿਹਨੂੰ ਤੁਸੀਂ ਅਫਸਰ ਕਹਿੰਦੇ ਹੋ ਮੈਂ ਪਬਲਿਕ ਸਰਵੰਟ ਕਹਿੰਨਾ ਉਹਦੀ ਫਾਈਲ ਉਦੋਂ ਤੱਕ ਕੰਪਲੀਟ ਨਹੀਂ ਹੁੰਦੀ ਜਦੋਂ ਤੱਕ ਵਕੀਲ ਸਾਹਿਬ ਦੇ ਉੱਤੇ ਸਾਈਨ ਨਹੀਂ ਹੁੰਦੇ ਉਹਨੂੰ ਵੈਟਿੰਗ ਨਹੀਂ ਕਰ ਦਿੰਦੇ ਕੋਈ ਲੀਗਲ ਫਾਈਲ ਦੀ ਗੱਲ ਕਰਦਾ ਮੈਂ ਸੋ ਐਡੀ ਇੰਪੋਰਟੈਂਟ ਕਮਿਊਨਿਟੀ ਵਾਸਤੇ ਇੰਨੇ ਘਟੀਆਂ ਸ਼ਬਦਾਂ ਦਾ ਇਸਤੇਮਾਲ ਕਰੋਗੇ